सो दोस्तों लाइव आ फेसबुक पेज गोताखोर प्रगट सिंह और सब तो पहली अपील की चैनल दे नाल ज्यादा तो ज्यादा जुड़ो और दोस्तों लाइव आ फिलहाल नरवाणा ब्रांच नहर सिद्धू मूसेवाला अमर रहे भावपूर्वक अनोखी श्रद्धांजलि टीम गोताखोर प्रगट सिंह और मेरी पूरी टीम वालों अज तुसी वेख सकते हो नरवाणा ब्रांच नहर दे विच बह के एक घंटे तक साडी टीम नहर दे विच बह के सिद्धू मूसेवाला की आत्मा की शांति लई अरदास करेगी दुआ करेगी और परमात्मा दे के अरदास करेगी कि उन्हां दे परिवार नूं शक्ति बख्शे परमात्मा और आ तुसी वेख सकते हो जो सिलेंडर किट चल रही है एक साडा टीम का साथी सिंदर जो एक घंटा नहर दे विच बहेगा पत्थरां दे विच उह थले जा चुके आ सिलेंडर दे बुरबले तुसी वेख सकते हो और दूजा साथी साडा गुरविंदर विरक ਉਹ ਇੱਕ ਘੰਟਾ ਇਸੇ ਤਰ੍ਹਾਂ ਟੂਬ ਦੇ ਵਿੱਚ ਬਹਿ ਕੇ ਮੂਸੇਵਾਲਾ ਵੀਰ ਨੂੰ ਸ਼ਰਧਾਂਜਲੀ ਦੇਗਾ ਔਰ ਪਰਮਾਤਮਾ ਅੱਗੇ ਦੁਆ ਕਰੇਗਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਉਹਨਾਂ ਨਾਲ ਜੋ ਵੀ ਹੱਤਿਆਕਾਂਡ ਕੀਤਾ ਗਿਆ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਜ਼ਰੂਰ ਮਿਲੇ ਸੋ ਅੱਜ ਪੂਰਾ ਦੇਸ਼ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਦੋਸਤੋ ਕੋਈ ਸਿੰਗਰ ਹੈ ਉਹ ਆਪਣਾ ਗਾ ਕੇ ਸ਼ਰਧਾਂਜਲੀ ਦੇ ਰਿਹਾ ਕੋਈ ਮੰਤਰੀ ਉਹ ਟਵੀਟ ਕਰਕੇ ਸ਼ਰਧਾਂਜਲੀ ਦੇ ਰਿਹਾ ਕੋਈ ਫੈਨ ਨੇ ਉਹਨਾਂ ਦੇ ਜੋ ਟੈਟੂ ਬਣਾ ਕੇ ਸ਼ਰਧਾਂਜਲੀ ਦੇ ਰਹੇ ਨੇ ਲੇਕਿਨ ਸਾਡੇ ਕੋਲ ਇੱਕ ਛੋਟੀ ਜਿਹੀ ਸੇਵਾ ਨਹਿਰਾਂ ਦੀ ਜੋ 21 ਸਾਲਾਂ ਤੋਂ ਅਸੀਂ ਬਿਲਕੁਲ ਫ੍ਰੀ ਸੇਵਾ ਕਰਦੇ ਹਾਂ ਔਰ ਪਹਿਲਾਂ ਕਿਸਾਨਾਂ ਨੂੰ ਵੀ ਅਸੀਂ ਇੱਥੋਂ ਹੀ ਸ਼ਰਧਾਂਜਲੀ ਦਿੱਤੀ ਸੀ ਕਿਸਾਨਾਂ ਤੋਂ ਬਾਅਦ ਅੱਜ ਦੀਪ ਸਿੱਧੂ ਮੂਸੇਵਾਲਾ ਉਹਨਾਂ ਦੇ ਆਤਮਾ ਦੀ ਸ਼ਾਂਤੀ ਲਈ ਵੀ ਆਪਣੀ ਪੂਰੀ ਟੀਮ ਦੇ ਨਾਲ ਨਹਿਰ ਦੇ ਉੱਤੇ ਪਹੁੰਚੇ ਹੋਏ ਹਾਂ ਸੋ ਜਿੰਨਾ ਵੀ ਫੇਸਬੁੱਕ ਪਰਿਵਾਰ ਲਾਈਵ ਜੁੜਿਆ ਸੋ ਸ਼ੇਅਰ ਕਰੀ ਜਾਣਾ ਔਰ ਸਿੱਧੂ ਮੂਸੇਵਾਲਾ ਨੂੰ ਇੱਕ ਭਾਵਪੂਰਕ ਜੋ ਸ਼ਰਧਾਂਜਲੀ ਟੀਮ ਗੋਤਾਖੋਰ ਪ੍ਰਗਟ ਸਿੰਘ ਵੱਲੋਂ ਹਰਿਆਣਾ ਖੇਤਰ ਵੱਲੋਂ ਦਿੱਤੀ ਜਾ ਰਹੀ ਆ ਤੁਸੀਂ ਵੇਖ ਸਕਦੇ ਹੋ ਕਿ ਆ ਜੋ ਗੁਰਬਲੇ ਚੱਲ ਰਹੇ ਨੇ ਪਿਛਲੇ 20 ਮਿੰਟ ਤੋਂ ਸਾਡਾ ਇੱਕ ਸਾਥੀ ਸਿੰਦਰ ਜੋ ਥੱਲੇ ਸਿਲੰਡਰ ਲਾ ਕੇ ਗਿਆ ਹੋਇਆ 20 ਫੁੱਟ ਥੱਲੇ ਸਿੱਧੂ ਦੀ ਵੀਰ ਦੀ ਫੋਟੋ ਲੈ ਕੇ ਬੈਠਾ ਯਾਦ ਕਰ ਰਿਹਾ ਸਿਮਰਨ ਕਰ ਰਿਹਾ ਔਰ ਦੂਜਾ ਸਾਡਾ ਸਾਥੀ ਗੁਰਵਿੰਦਰ ਵਿਰਕ ਜੋ ਪਾਣੀ ਦੇ ਵਿੱਚ ਇਸੇ ਤਰ੍ਹਾਂ ਇੱਕ ਘੰਟਾ ਸ਼ਰਧਾਂਜਲੀ ਦੇਗਾ ਆ ਪੂਰੀ ਟੀਮ ਸਾਥੀ ਸਿੰਦਰ ਨਰਿੰਦਰ ਗੁਰਵਿੰਦਰ ਮਾਮੂ ਰਾਮ ਕਿਰਮਤ ਜੀ ਦੇਵ ਜੀ ਸਤਨਾਮ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਔਰ ਲਾਈਵ ਜੁੜਿਓ ਪਲੀਜ਼ ਸ਼ੇਅਰ ਕਰੀ ਜਾਣਾ ਕੋਸ਼ਿਸ਼ ਕਰਨਾ ਕਿ ਸਾਡਾ ਇਹ ਵੀਡੀਓ ਪੰਜਾਬ ਤੱਕ ਜਾਏ ਉਹਨਾਂ ਦੇ ਪਰਿਵਾਰ ਤੱਕ ਜਾਏ ਔਰ ਇਹ ਲੱਗੇ ਕਿ ਹਰਿਆਣਾ ਦੇ ਵਿੱਚ ਵੀ ਅਨੋਖੀ ਸ਼ਰਧਾਂਜਲੀ ਅੱਜ ਉਹਨਾਂ ਦੇ ਪੁੱਤਰ ਨੂੰ ਯਾਦ ਕੀਤਾ ਜਾ ਰਿਹਾ ਔਰ ਉਹਨਾਂ ਦੀ ਸ਼ਾਂਤੀ ਲਈ ਆਤਮ ਸ਼ਾਂਤੀ ਦੇ ਲਈ ਬਿਲਕੁਲ ਇਹ ਅਨੋਖੀ ਭਾਵਪੂਰਕ ਸ਼ਰਧਾਂਜਲੀ ਸਿੱਧੂ ਮੂਸੇਵਾਲਾ ਅਮਰ ਰਹੇ ਅਨੋਖੀ ਸ਼ਰਧਾਂਜਲੀ ਟੀਮ ਗੋਤਾਖੋਰ ਪ੍ਰਗਟ ਸਿੰਘ ਆਨਲਾਈਨ ਫ੍ਰੀ ਸੇਵਾ 97293 34 99 97293 74 999 ਸੋ ਛੋਟੀ ਜਿਹੀ ਹਾਜ਼ਰੀ ਛੋਟੀ ਜਿਹੀ ਸੇਵਾ ਔਰ ਸ਼ਰਧਾਂਜਲੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਲਈ ਉਹਨਾਂ ਦੇ ਆਤਮਿਕ ਜੋ ਸ਼ਾਂਤੀ ਹੈ ਮੂਸੇਵਾਲਾ ਵੀਰ ਦਾ ਜੋ ਅੰਤਿਮ ਅਰਦਾਸ ਪੰਜਾਬ ਦੇ ਵਿੱਚ ਹੋ ਰਹੀ ਹੈ ਸਾਡੇ ਵੱਲੋਂ ਵੀ ਅਰਦਾਸ ਕੀਤੀ ਜਾ ਰਹੀ ਹੈ ਪਰਮਾਤਮਾ ਦੇ ਅੱਗੇ ਦੁਆ ਕੀਤੀ ਜਾ ਰਹੀ ਔਰ ਇਹ ਵੀ ਦੁਆ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਦੁਬਾਰਾ ਕਿਸੇ ਦਾ ਵੀ ਨੌਜਵਾਨ ਪੁੱਤ ਦੇ ਨਾਲ ਐਸਾ ਹਾਦਸਾ ਨਾ ਹੋਵੇ ਕਿਉਂਕਿ ਮਾਂ ਬਾਪ ਨੂੰ ਉਹਨਾਂ ਦੇ ਬੱਚਿਆਂ ਦੀ ਕੀਮਤ ਦਾ ਪਤਾ ਹੈ ਸੋ ਲਾਈਵ ਆ ਫੇਸਬੁੱਕ ਪੇਜ ਗੋਤਾਖੋਰ ਪ੍ਰਗਟ ਸਿੰਘ ਔਰ ਆਪਣੀ ਪੂਰੀ ਟੀਮ ਦੇ ਨਾਲ ਅਨੋਖੀ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਆਪਣੇ ਸਿੱਧੂ ਮੂਸੇਵਾਲਾ ਲਈ ਸੋ ਗੋਤਾਖੋਰ ਪ੍ਰਗਟ ਸਿੰਘ ਟੀਮ ਲਗਾਤਾਰ ਲੱਗੀ ਔਰ ਇੱਕ ਸਾਥੀ ਸਾਡਾ 25 ਫੁੱਟ ਨਹਿਰ ਦੇ ਵਿੱਚ ਥੱਲੇ ਗਿਆ ਹੋਇਆ ਬੁਰਬਲੇ ਤੁਸੀਂ ਵੇਖ ਸਕਦੇ ਹੋ ਗੈਸ ਸਿਲੰਡਰ ਦੇ ਜੋ ਥੱਲੇ ਗਿਆ ਹੈ ਇੱਕ ਘੰਟਾ ਥੱਲੇ ਪੱਥਰਾਂ ਦੇ ਵਿੱਚ ਬਹਿਗਾ ਔਰ ਦੂਜਾ ਸਾਥੀ ਗੁਰਵਿੰਦਰ ਵਿਰਕ ਜੋ ਸਾਹਮਣੇ ਬੈਠਾ ਹੋਇਆ ਉਹ ਇੱਕ ਘੰਟਾ ਤੱਕ ਪਾਣੀ ਦੇ ਵਿੱਚ ਇਸੇ ਤਰ੍ਹਾਂ ਬੈਠਾ ਰਹੇਗਾ ਔਰ ਉਹਨੂੰ ਕੀ ਸ਼ਰਧਾਂਜਲੀ ਗੋਤਾਖੋਰ ਸੁਰਿੰਦਰ ਜੀ ਵੀ ਪਹੁੰਚ ਚੁੱਕੇ ਨੇ ਸਾਡੀ ਸਾਰੀ ਟੀਮ ਪਹੁੰਚੀ ਉਸ ਜਿੰਨਾ ਵੀ ਫੇਸਬੁੱਕ ਪਰਿਵਾਰ ਲਾਈਵ ਜੁੜਿਆ ਅਨੋਖੀ ਸ਼ਰਧਾਂਜਲੀ ਦੇ ਨਾਲ ਜੁੜੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ ਸਾਰੇ ਫੇਸਬੁੱਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਅੰਤਿਮ ਅਰਦਾਸ ਦੇ ਵਿੱਚ ਅਸੀਂ ਸ਼ਾਮਿਲ ਹੋਏ ਹਾਂ ਆਪਣੇ ਤਰੀਕੇ ਨਾਲ ਪੰਜਾਬ ਨਹੀਂ ਜਾ ਸਕੇ ਉਹਨਾਂ ਦੇ ਘਰ ਨਹੀਂ ਜਾ ਸਕੇ ਲੇਕਿਨ ਇੱਥੋਂ ਹੀ ਬਹਿ ਕੇ ਪੂਰੇ ਹਰਿਆਣੇ ਵੱਲੋਂ ਇੱਕ ਅਨੋਖੀ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਆਪਣੀ ਹਾਜ਼ਰੀ ਲਵਾਵਾਂਗੇ ਸੋ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੀ ਜਾਣਾ ਇਸ ਅਨੋਖੀ ਸ਼ਰਧਾਂਜਲੀ ਸਿੱਧੂ ਮੂਸੇਵਾਲਾ ਵੀਰ ਅਮਰ ਰਹੇ ਟੀਮ ਗੋਤਾਖੋਰ ਪ੍ਰਗਟ ਸਿੰਘ ਵੱਲੋਂ ਅਨੋਖੀ ਸ਼ਰਧਾਂਜਲੀ ਸਾਥੀ ਗੁਰਵਿੰਦਰ ਸਿੰਦਰ ਸਿੰਦਰ ਇੱਕ 20 ਫੁੱਟ ਥੱਲੇ ਗਿਆ ਹੋਇਆ ਇੱਕ ਘੰਟਾ ਉਹਨਾਂ ਸ਼ਰਧਾਂਜਲੀ ਦੇਗਾ ਗੈਸ ਦੇ ਨਾਲ ਔਰ ਦੂਜਾ ਸਾਥੀ ਸਾਡਾ ਜਿਹੜਾ ਗੁਰਵਿੰਦਰ ਵਿਰਕੇ ਉਹ ਇਸੇ ਤਰ੍ਹਾਂ ਟੂਬ ਦੇ ਵਿੱਚ ਬੈਠਾ ਰਹੇਗਾ ਔਰ ਆਪਣੀ ਸ਼ਰਧਾਂਜਲੀ ਦਿੰਦਾ ਰਹੇਗਾ ਸੋ ਜਿੰਨਾ ਵੀ ਫੇਸਬੁੱਕ ਪਰਿਵਾਰ ਲਾਈਵ ਦੇ ਨਾਲ ਜੁੜਿਆ ਸੋ ਆ ਵੇਖੋ ਤੁਸੀਂ ਆਪਣਾ ਸਾਥੀ ਜੋ ਸਿਲੰਡਰ ਵਾਲਾ ਬਾਹਰ ਆਇਆ 15 ਮਿੰਟਾਂ ਬਾਅਦ ਇੱਕ ਸੈਕਿੰਡ ਦਮ ਲੈ ਕੇ ਉਸ ਤੋਂ ਬਾਅਦ ਫਿਰ ਥੱਲੇ ਜਾਏਗਾ
और फिर उस तरह अपनी जो श्रद्धांजलि है उन्हें कंटिन्यू रखेंगे। तो जिन्ना भी फेसबुक परिवार लाइव जुड़े सारिया का बहुत बहुत धन्यवाद। इस चैनल के नाम जुड़ते रहो। प्रवीण जी, असलम खान जी, प्लीज अपील है कि इस अनोखी श्रद्धांजलि व्हाट्सएप ग्रुपां दे विच शेयर करो ताकि देश के कोने कोने साडी ये सेवा साडी ये श्रद्धांजलि सिद्धू मूसे वाले दे परिवार तक भी साडी ये खबर पहुंचे ते उन्हां नूं पता लगे कि हरियाणे दे विचों भी उन्हां दे पुत्तर वास्ते जो एक जवान मौत हुई है जिन्हों वेख के एकदम सारा देश सदमे च ते उन्हां लई असीं भी अज अंतिम अरदास कर रहे हैं कि परमात्मा उन्हां दी आत्मा नूं शांति दे और पूरे हरियाणे वल्लों साडी पूरी टीम साथी सिंदर नरिंदर गुरविंदर जी मामू राम जी सुरेंद्र बाजवा जी इन्हों वालों अनोखी श्रद्धांजलि अज दी जा रही। सो लाइव के नाल जुड़ के शेयर जरूर करी जाए।